ਹਾਂ ਜੀ, ਦੁਆ ਕਰ ਸਾਹ ਨਿਕਲਣ ਤੋਂ ਪਹਿਲਾਂ ਅੱਲਾਹ ਖੁਸ਼ ਹੋ ਜਾਵੇ। ਜਿਨ੍ਹਾਂ ਦੇ ਵਾਸਤੇ ਲੰਬੇ ਲੰਬੇ ਸਾਹ ਲੈਣਾ ਹੈ ਨਾ, ਅਤੇ ਇਹਨਾਂ ਮੈਂ ਸਾਹ ਵੀ ਨਹੀਂ ਲਿਆ ਤਾਂ ਛੱਤ ਪਾ ਦਿੱਤੀ ਹੈ, ਸਾਹ ਵੀ ਨਹੀਂ ਲਿਆ ਤਾਂ ਚੀਜ਼ ਵੇਚ ਦਿੱਤੀ ਹੈ, ਸਾਹ ਵੀ ਨਹੀਂ ਲਿਆ ਤਾਂ ਤੁਹਾਨੂੰ ਮਕਾਨ ਬਣਾਤਾ, ਮੈਂ ਸਾਹ ਵੀ ਨਹੀਂ ਲਿਆ ਤਾਂ ਮੈਂ ਤੁਹਾਨੂੰ ਫਿਰ ਸੌਦਾ ਲਿਆਤਾ, ਅਤੇ ਮੈਂ ਸਾਹ ਵੀ ਨਹੀਂ ਲਿਆ ਤਾਂ ਤੁਹਾਨੂੰ ਰੋਟੀ ਲਿਆਤੀ ਹੈ, ਤਾਂ ਸਾਹ ਵੀ ਨਹੀਂ ਲਿਆ, ਅਤੇ ਉਹ ਚੱਲਿਆ ਜਿੱਦਣ ਸਾਹ ਨਿਕਲ ਗਏ ਨਾ, ਇਹਨਾਂ ਸਾਹ ਵੀ ਨਹੀਂ ਲੈਣਾ, ਤੈਨੂੰ ਨੱਪ ਦੇਣਾ, ਡੀਕਣਾ ਵੀ ਨਹੀਂ ਕਿਸੇ ਨੂੰ, ਉੱਚੀ ਬੋਲੋ, ਡੀਕਣਾ ਵੀ ਨਹੀਂ ਕਿਸੇ ਨੂੰ ਡੀਕਣਾ। ਅਤੇ ਹੁਣ ਦੁਬਾਰਾ ਜਿੰਨੇ ਤੁਸੀਂ ਬੈਠੇ ਜੇ, ਹੁਣ ਮੈਂ ਤੁਹਾਨੂੰ ਕਹਿਣਾ ਹੈ ਅਤੇ ਤੁਸੀਂ ਪਿਆਰ ਨਾਲ ਮੁਹੱਬਤ ਨਾਲ ਜਵਾਬ ਦੇਣਾ, ਮੈਂ ਵੇਖਣਾ ਇਸ ਮਸਜਿਦ 'ਚ ਅੱਲਾਹ ਨਾਲ ਪਿਆਰ ਕਰਨ ਵਾਲੇ ਕਿੰਨੇ, ਇਹ ਮਸਜਿਦ ਕਿਹਦਾ ਘਰ ਹੈ, ਅਤੇ ਉਹਦੇ ਘਰ 'ਚ ਆ ਕੇ ਤਾਰੀਫ ਕਿਹਦੀ ਕਰਨੀ ਹੈ। ਮੈਂ ਤੁਹਾਡੇ ਘਰ ਪ੍ਰਾਹੁਣਾ ਆਵਾਂ ਅਤੇ ਤਾਰੀਫ ਕਰਾਂ ਤੁਹਾਡੇ ਸ਼ਰੀਕ ਦੀ, ਤੁਸੀਂ ਇਹਨਾਂ ਮੌਲਵੀ ਨੂੰ ਕੁਛ ਨਹੀਂ ਖਵਾਉਣਾ, ਇਹਨੂੰ ਤੋਰੇ ਪਾਓ, ਸੱਚੀ ਗੱਲ ਕਰ। ਉਹਨੇ ਆਉਣਾ, ਮੌਲਵੀ ਤੇਰਾ ਦਿਮਾਗ ਠੀਕ ਹੈ? ਮੈਂ ਉਹਨੂੰ ਆਉਣਾ, ਯਾਰ ਹੋਇਆ ਕੀ ਹੈ, ਆਪੇ ਹੀ ਮੈਨੂੰ ਬੁਲਾਇਆ ਜੇ, ਅਤੇ ਉਹਨੇ ਆਖਣਾ ਵੀ ਸੱਦਿਆ ਤੈਨੂੰ ਅਸਾਂ ਹੈ, ਅਤੇ ਸਾਡੇ ਨਾਲ ਜਿਹੜੇ ਬੋਲਦੇ ਨਹੀਂ ਜਿਹੜੇ ਸਾਡੇ ਸ਼ਰੀਕ, ਤੂੰ ਉਹਨਾਂ ਦੀਆਂ ਤਾਰੀਫਾਂ ਕਰੀ ਜਾਂਦਾ। ਇਹਦਾ ਮਤਲਬ ਹੈ ਮੈਂ ਜਿਹਦੇ ਘਰ ਜਾਵਾਂ ਉਹਦੀ ਗੱਲ ਕਰਾਂਗਾ, ਤੁਸੀਂ ਜਿਹਦੇ ਘਰ ਆਏ ਮੈਂ ਉਹਦੀ ਗੱਲ ਨਾ ਕਰਾਂ। ਅੱਲਾਹ ਨੇ ਮੈਨੂੰ ਵੀ ਰੱਦ ਦੇਣਾ, ਤੁਹਾਨੂੰ ਵੀ ਰੱਦ ਦੇਣਾ, ਕਿ ਬੈਠਾ ਮੇਰੇ ਘਰ 'ਚ ਅਤੇ ਮੇਰੀਆਂ ਗੱਲਾਂ ਹੀ ਨਹੀਂ ਕਰਦਾ ਪਿਆ। ਭਾਈ ਬਾਬਰ ਸਜਾਦ, ਮੈਂ ਇੰਝ ਦੀ ਅੱਜ ਤਕਰੀਰ ਕਰ ਜਾਣੀ ਹੈ ਤੇਰੀ ਮਸਜਿਦ 'ਚ, ਕਿ ਤੈਨੂੰ ਮਸਜਿਦ ਬਣਾਉਣ ਦੀ ਚੱਸ ਆਉਣੀ ਹੈ ਅਤੇ ਸਾਨੂੰ ਮਸੀਤ ਦਾ ਇਫਤਤਾਹ ਕਰਨ ਦੀ ਚੱਸ ਆ ਜਾਣੀ ਹੈ। ਕਿ ਬਣਾਈ ਕਿਸ ਵਾਸਤੇ ਆ, ਇਹਦੇ 'ਚ ਮਿਲਣਾ ਕੀ ਹੈ? ਆ ਮੈਂ ਦੁਬਾਰਾ ਇਹਨਾਂ ਦੇ ਸੋਹਣੇ ਰੰਗ ਤੋਂ ਗੱਲ ਸ਼ੁਰੂ ਹੋਈ ਸੀ ਕਿ ਬੰਦੇ ਦੀ ਸੂਰਤ ਨਹੀਂ ਵੇਖਣੀ, ਬਣਾਉਣ ਵਾਲੇ ਨੂੰ ਵੇਖਣਾ ਹੈ। ਅੱਛਾ, ਹੁਣ ਦੁਬਾਰਾ ਜ਼ਰਾ ਮੈਂ ਲਫ਼ਜ਼ ਭੁਲਾਉਣ ਲੱਗਾ, ਬੇਟਾ ਬੈਠ ਜਾਓ, ਓਏ ਪੁੱਤਰੋ ਬਹਿ ਜਾਓ, ਓਏ ਮਾਂ ਸ਼ਕਰੇ ਜਾਏ ਬਹਿ ਜਾਓ, ਓਏ ਬਾਹਰ ਅੱਗੇ ਗਾਰਾ ਬੜਾ, ਤੁਹਾਨੂੰ ਟਿਕਾ ਨਹੀਂ ਜੇ ਆਉਂਦਾ। ਅੱਲਾ ਜਾਣਦਾ, ਜ਼ਰਾ ਦੁਬਾਰਾ ਮੈਂ ਕਹਾਂਗਾ, ਸਭ ਨੇ ਕਹਿਣਾ ਬੋਲੋ, ਸੋਹਣੀ ਸੂਰਤ ਬਣਾਉਣ ਵਾਲਾ ਕੌਣ ਹੈ ਯਾਰ? ਅੱਛਾ, ਕਈ ਬੰਦੇ ਹਜੇ ਲਫ਼ਜ਼ ਅੱਲਾ 'ਤੇ ਨਹੀਂ ਬੋਲੇ, ਆਹ ਕੈਮਰੇ ਵਾਲਾ ਵੀ ਨਹੀਂ ਬੋਲੇ, ਮੈਂ ਤੇਰੇ 'ਤੇ ਨਜ਼ਰ ਹੈ ਮੇਰੀ, ਹੱਥ ਹੋਰ ਵੀ ਵੇਖ ਲਓ, ਆਹ ਕਿੰਨਾ ਮਜਮਾ ਬੈਠਾ ਸੀ। ਅੱਛਾ, ਮੌਲਵੀ ਨਾ ਬੋਲਣ 'ਤੇ ਕੋਈ ਇਤਰਾਜ਼ ਨਹੀਂ, ਕਿਉਂਕਿ ਮੌਲਵੀ ਮੌਲਵੀ ਨਹੀਂ ਬੋਲਦਾ, ਮੌਲਵੀ ਮੌਲਵੀ ਦਾ ਸ਼ਰੀਕ ਹੁੰਦਾ ਹੈ, ਪਰ ਅੱਲਾ ਦਾ ਤਾਂ ਇੱਥੇ ਕੋਈ ਸ਼ਰੀਕ ਨਹੀਂ ਨਾ ਬੈਠਾ। ਚਲੋ ਹੁਣ ਮੈਂ ਵੇਖਣਾ ਵੀ ਤੁਹਾਡੇ 'ਚ ਅੱਲਾ ਦੇ ਸ਼ਰੀਕ ਕਿੰਨੇ ਨੇ, ਕਿਉਂਕਿ ਉਹਨੂੰ ਹੀ ਨਹੀਂ ਨਾ ਗੱਲ ਚੰਗੀ ਲੱਗਣੀ ਜਿਹੜਾ ਉਹਦਾ ਸ਼ਰੀਕ ਹੈ। ਮੈਂ ਵੇਖਣਾ ਤੁਹਾਡੇ 'ਚ ਅੱਲਾ ਦੇ ਸ਼ਰੀਕ ਕਿੰਨੇ, ਮੈਂ ਹੁਣ ਗੱਲ ਟੈਸਟ ਲਾ ਕੇ ਚੈੱਕ ਕਰਨਾ, ਤੁਹਾਡੀ ਆਵਾਜ਼ ਆਂਢ ਗੁਆਂਢ ਵੇਖਣਾ ਹੈ, ਇਹ ਸੋਨਾ ਰੰਗ ਬਣਾਉਣ ਵਾਲਾ ਕੌਣ ਹੈ, ਇਸ ਘਰ ਦਾ ਮਾਲਕ ਕੌਣ ਹੈ? ਅੱਜ ਤੋਂ ਬਾਅਦ ਇਹ ਨਹੀਂ ਕਹਿਣਾ ਮਸੀਤ ਫਲਾਣੇ ਦੀ ਏ, ਜਿਹੜਾ ਪੁੱਛੇ ਮਸੀਤ ਕਿੱਥੇ, ਉਹਨੂੰ ਕਿ ਅੱਲਾ ਦੀ ਮਸੀਤ ਉਸ ਗਲੀ 'ਚ, ਉਹਦਾ ਨਾਮ ਮਸਜਿਦ ਸਜਾਦ। ਬਸ ਅੱਜ ਤੋਂ ਬਾਅਦ ਨਹੀਂ ਕਹਿਣਾ ਮਸੀਤ ਕਿਹਨਾਂ ਦੀ, ਚੱਲਿਆ ਕਿਹਨਾਂ ਦੀ ਮਸੀਤ, ਇਹ ਬੰਦੇ ਕਿਹਦੇ ਨੇ, ਬਣਾਉਣ ਵਾਲਾ ਕੌਣ ਹੈ? ਅਤੇ ਜਿਹਦੇ ਘਰ 'ਚ ਬੰਦੇ ਆ ਗਏ ਨੇ, ਹੁਣ ਤੂੰ ਬੰਦਿਆਂ ਦੀ ਮਸੀਤ ਕਹਿਣੀ? ਆਏ ਹਾਏ ਹਾਏ, ਆ ਮੇਰਾ ਯਾਰ ਮਾਜਦ ਕਹਿਣ ਦਿਆ ਸੀ, ਅਤੇ ਆ ਯਾਰ ਨੂੰ ਡੱਕਣ ਦਿਆ ਸੀ, ਨਾ ਨਾ ਮੇਰਾ ਨਾ, ਉੱਤੇ ਅਰਸ਼ ਵਾਲਾ ਵੀ ਤਾਂ ਵੇਖ ਰਿਹਾ ਸੀ ਨਾ, ਚੱਲ ਚੰਗਾ ਕੀਤਾ ਇਹਨੂੰ ਡੱਕ ਦਿੱਤਾ, ਮੇਰੇ ਕੋਲ ਜੋ ਲਿਖਿਆ ਗਿਆ ਇਹਨਾਂ ਨੂੰ ਲਿਖਾ ਕੇ ਕੀ ਕਰਨਾ ਹੈ। ਅੱਲਾ ਦੀ ਕਸਮ, ਮੇਰਾ ਦਿਲ ਖੁਸ਼ ਹੋ ਰਿਹਾ ਸੀ, ਇਹ ਚੰਨ ਉਹਨਾਂ ਨੂੰ ਡੱਕਣ ਦਿਆ ਸੀ, ਨਾ ਕਰੋ ਅਜੇ ਮੁਹੱਬਤ। ਹੁਣ ਜੁਮਲਾ ਹੈ, ਮੈਂ ਤੁਹਾਨੂੰ ਸਮਝਾਉਣ ਲੱਗਾ ਹੈ, ਇਹ ਜਿੰਨਾ ਮਜਮਾ ਬੈਠਾ ਹੈ, ਇਹ ਘਰ ਕਿਹਦਾ ਹੈ?
ਲਫਜ਼ ਅੱਲਾ ਅੱਲਾ ਜਾਂਦਰ ਲਫਜ਼ ਸੁਣਨ ਵਾਲਾ ਈ ਅੱਲਾ ਦੇ ਘਰ ਵਿੱਚ ਆ ਕੇ ਜਿਹਦਾ ਲਫਜ਼ ਸੁਣਨ ਵਾਲਾ ਈਮਾਨ ਤਾਜ਼ਾ ਵੀ ਅੱਲਾ ਰਾਜ਼ੀ ਹੋਈ। ਇੱਥੇ ਜਿਹੜਾ ਆ ਜਾਵੇ ਉਹਦਾ ਗੁੱਸਾ ਨਹੀਂ ਕਰਨਾ, ਜਿਹੜਾ ਆ ਜਾਵੇ ਕੌੜਾ ਬੋਲੇ ਉਹਦਾ ਗੁੱਸਾ ਨਹੀਂ ਕਰਨਾ, ਮਿੱਠਾ ਬੋਲੇ ਉਹਦਾ ਗੁੱਸਾ ਨਹੀਂ ਕਰਨਾ, ਲਾੜ ਪਵੇ ਗੁੱਸਾ ਨਹੀਂ ਕਰਨਾ, ਹੱਥ ਚੁੱਕੇ ਤੂੰ ਹੱਥ ਨਹੀਂ ਚੁੱਕਣਾ। ਉਹਦੀ ਦਲੀਲ ਮੈਂ ਦੇਣ ਲੱਗਾ, ਆ ਮਸੀਤ 'ਤੇ ਤੁਹਾਨੂੰ ਕੋਈ ਬੰਦਾ ਚੰਡ ਮਾਰ ਲੈਣ, ਅੱਗੋਂ ਮਾਰਿਆ ਨਾ ਕਰੋ, ਆਸਮਾਨ ਵੱਲ ਮੂੰਹ ਕਰਕੇ ਕਿਹਾ ਕਰ ਤੇਰੇ ਘਰ ਆਇਆ, ਤੂੰ ਜਾਣੇ ਅਤੇ ਇਹ ਜਾਣੇ, ਅਤੇ ਜੇ ਬਾਹਰ ਨਿਕਲ ਤੱਕ ਫੈਸਲਾ ਮੁੱਲ ਨਾ ਪਾਵੇ ਤਾਂ ਉਹਨੂੰ ਰੱਬ ਨਾ ਆਖੀ, ਕਦੀ ਸੁੱਟ ਤਾਂ ਸਹੀ ਉਹਦੇ 'ਤੇ। ਹੈਂ ਸਾਡੇ ਬੰਦੇ ਜਦੋਂ ਲੜ ਲੜ ਥੱਕ ਜਾਂਦੇ ਨੇ ਉਦੋਂ ਆਉਂਦੇ ਨੇ ਯਾ ਅੱਲਾ ਸਾਡਾ ਸਬਰ ਹੀ, ਅੱਲਾ ਦਾ ਬੱਲੇ ਸਿਆਣਿਆ, ਜਦੋਂ ਸਾਰੇ ਹਥਿਆਰ ਚਲਾ ਲਏ ਹੁਣ ਆਖਿਆ ਮੇਰਾ ਸਬਰ ਹੀ, ਜਦੋਂ ਹਥਿਆਰ ਹੈਗਾ ਸੀ ਜਦੋਂ ਗੋਲੀਆਂ ਵਿੱਚ ਸੀ ਹੱਥ ਉੱਠਦਾ ਸੀ ਉਦੋਂ ਕਹਿੰਦਾ ਨਾ ਮੇਰਾ ਸਬਰ ਹੈ, ਅਤੇ ਮੈਂ ਫਿਰ ਸਬਰ ਦਾ ਮੁੱਲ ਪਾ ਦੇਣਾ ਸੀ, ਹੁਣ ਨਹੀਂ ਜਾਣ ਦੇਣਾ ਮੈਂ ਦੁਬਾਰਾ। ਅੱਲਾ ਉਮਰ 'ਚ ਬਰਕਤ ਫਰਮਾਇਆ, ਜਰਾ ਲਫ਼ਜ਼ ਸੁਣਨ ਵਾਲਾ ਈਮਾਨ ਤਾਜ਼ਾ ਵੇ ਅੱਲਾ ਰਾਜ਼ੀ ਹੋਈ। ਉਲਮਾਏ ਕਰਾਮ ਅੱਗੇ ਪੀ ਲਏ, ਜਦੋਂ ਮਸਜਿਦ ਨਵੀਂ ਬਣਾ ਲਵੋ ਫਿਰ ਇੰਜ ਦੇ ਬਣ ਜਾ ਕਰੋ ਕਿ ਅੱਗੇ ਨਮਾਜ਼ੀ ਬੈਠੇ ਹੋਣ ਅਤੇ ਉਹਨਾਂ ਦਾ ਗੁੱਸਾ ਨਹੀਂ ਕਰਨਾ, ਨਮਾਜ਼ੀ ਆਣ ਕੇ ਕੌੜਾ ਮਸਲਾ ਪੁੱਛੇ ਗੁੱਸਾ ਨਹੀਂ ਕਰਨਾ, ਮਿੱਠਾ ਪੁੱਛੇ ਤਾਂ ਗੁੱਸਾ ਨਹੀਂ ਕਰਨਾ, ਉਹਨੂੰ ਇੰਜ ਸਮਝਾਉਣਾ ਵੇ ਜਿਵੇਂ ਮੁਸਤਫਾ ਨੇ ਆਪਣੇ ਯਾਰਾਂ ਨੂੰ ਦੀਨ ਸਮਝਾਇਆ ਹੀ। ਆਓ ਮੈਂ ਇੱਕ ਮਸਲਾ ਬਿਆਨ ਕਰਾਂਗਾ ਤੁਹਾਨੂੰ ਸਮਝ ਆ ਜਾਏਗੀ। ਅਰਜ਼ ਕਰਦਾ ਪਿਆ ਜੀਦਾ ਨੇ ਮਨ ਮੇਰੇ ਇਮਾਮ ਆਲੀ ਮੁਕਾਮ ਹਸਨੈਨ ਦੇ ਨਾਂ ਨਾ ਜਾਣ ਨੂੰ ਮਾਨਣ ਵਾਲਾ ਇੱਕ ਨਬੀ ਪਾਕ ਦਾ ਗੁਲਾਮ ਆਇਆ ਹੀ, ਆਣ ਕੇ ਕਹਿੰਦਾ ਯਾ ਸਈਦੀ ਯਾ ਰਸੂਲ ਅੱਲਾ ਯਾ ਸਈਦੀ ਯਾ ਹਬੀਬ ਅੱਲਾ, ਤੁਹਾਡੇ ਕਦਮਾਂ ਤੋਂ ਮਾਂ ਬਾਪ ਕੁਰਬਾਨ ਹੋਵੇ, ਸੋਹਣਿਆ ਮੈਂ ਤੁਹਾਡੇ ਕੋਲ ਇੱਕ ਮਸਲਾ ਪੁੱਛਣ ਆਇਆ ਹੀ, ਮੇਰਾ ਦਿਲ ਕਰਦਾ ਹੈ ਮੈਂ ਫਲਾਂ ਔਰਤ ਨਾਲ ਜ਼ਨਾ ਕਰਾਂ, ਮੈਨੂੰ ਜ਼ਨਾ ਦੀ ਇਜਾਜ਼ਤ ਦੇ ਦਿੱਤੀ ਜਾਏ। ਹੁਣ ਸਿਹਾਬਾ ਵੀ ਗੁੱਸੇ 'ਚ ਨੇ ਅਤੇ ਨਬੀ ਦੇ ਯਾਰ ਵੀ ਗੁੱਸੇ 'ਚ ਨੇ ਕਿ ਇਹ ਕਿਹੜਾ ਬੰਦਾ ਹੈ ਕਿਹੜੇ ਅੰਦਾਜ਼ ਨਾਲ ਮੁਸਤਫਾ ਕੋ ਗੱਲ ਕਰਦਾ ਪਿਆ ਏ, ਜਿਵੇਂ ਬੰਦਾ ਆਣ ਕੇ ਕਵੇ ਤੇਰੀ ਮਾਂ ਦੇ ਖਸਮ ਦਾ ਨਾਮ ਕੀ ਏ, ਅਤੇ ਬੰਦੇ ਨੂੰ ਮਜਲਿਸ 'ਚ ਗੁੱਸਾ ਆਏਗਾ। ਅਤੇ ਜੇ ਬੰਦਾ ਪਿਆਰ ਨਾ ਆਣ ਕੇ ਆਖੇ ਹਾਜੀ ਸਾਹਿਬ ਤੁਹਾਡੇ ਅੱਬੂ ਦਾ ਨਾਮ ਕੀ ਏ, ਗੱਲ ਉਹੀ ਏ, ਅੰਦਾਜ਼ ਬਦਲਿਆ, ਲਫਜ਼ ਉਹੀ ਨੇ, ਬੋਲੋ ਸਿਰਫ ਲਫਜ਼ਾਂ ਦਾ ਚਨਾਓ ਬਦਲਿਆ, ਖਸਮ ਵੀ ਹੋਏ ਅਤੇ ਮੁੰਡੇ ਦਾ ਅੱਬਾ ਵੀ, ਪਰ ਲਫਜ਼ਾਂ ਦਾ ਉੱਚੀ ਬੋਲੋ ਚਨਾਓ ਬਦਲਿਆ ਨਾ। ਅੱਲਾ ਪਾਕ ਨੇ ਮਸਜਿਦ ਦੇ ਖਤੀਬ ਇਮਾਮ ਨੂੰ ਕਿਹਾ ਹੈ ਜਿਹੜੇ ਲਫ਼ਜ਼ ਸਭ ਤੋਂ ਸੋਹਣੇ ਹੋਣ ਉਹ ਲੋਕਾਂ ਨੂੰ ਸੁਣਾਉਣੇ ਨੇ, ਜਿਵੇਂ ਮੂਸਾ ਨਬੀ ਨੂੰ ਕਿਹਾ ਮੇਰੇ ਨਬੀ ਦੀ ਜ਼ਬਾਨ 'ਚੋਂ ਹਰ ਗੱਲ ਸੋਹਣੀ ਨਿਕਲਦੀ ਹੈ ਪਰ ਫਰਾਉਣ ਅੱਗੇ ਹੋਰ ਸੋਹਣੀ ਬਣਾ ਕੇ ਪੇਸ਼ ਕਰਨੀ ਹੈ। ਫਰਾਉਣ ਕੋਲ ਜਦੋਂ ਮੂਸਾ ਅਲੈਹਿਸ ਸਲਾਮ ਗਏ ਅਤੇ ਸਜਾਦ ਸਾਹਿਬ ਬਾਬਰ ਸਾਹਿਬ ਤੁਸੀਂ ਇਹੀ ਮੌਲਵੀ ਨੂੰ ਸਮਝਾਉਣਾ ਜਿਹੜਾ ਇੱਥੇ ਇਮਾਮ ਖਤੀਬ ਰੱਖਣਾ ਨਾ, ਆਹ ਤਕਰੀਰ ਉਹਨੂੰ ਬਾਰ ਬਾਰ ਸੁਣਾਉਣੀ ਕਰਨੀ। ਹੁਣ ਕਹਿੰਦਾ ਮਦਨੀ ਸਾਹਿਬ ਆਏ ਸੀ, ਆਹ ਮੇਰਾ ਚਾਨੇ ਹੈ ਅਬਦੁਲ ਮਾਜਦ, ਆਹ ਤਕਰੀਰ ਤੂੰ ਬਾਰ ਬਾਰ ਸੁਣਨੀ ਕਰਨੀ, ਇਹ ਲਫ਼ਜ਼ ਬਾਰ ਬਾਰ ਸੁਣਨੇ ਕਰਨੇ ਨੇ, ਅਤੇ ਜਿੱਡਾ ਤੂੰ ਆਪ ਸੋਹਣਾ ਹੀ ਤੇਰੀ ਜ਼ਬਾਨ ਚੋਡੇ ਸੋਹਣੇ ਲਫ਼ਜ਼ ਨਿਕਲਣਗੇ ਅਤੇ ਅੱਲਾ ਓਡੇ ਸੋਹਣੇ ਨਮਾਜ਼ੀ ਇੱਥੋਂ ਤਿਆਰ ਕਰਕੇ ਅਗਲੀ ਮਸੀਤ 'ਤੇ ਪਹੁੰਚਾ ਦੇਵੇਗਾ। ਅਤੇ ਲੋਕ ਆਖਣਗੇ ਯਾਰ ਚੰਗੇ ਦਾ ਚੰਡਿਆ ਆਇਆ। ਬੋਲੋ ਇੱਕ ਸ਼ੈ ਇੱਕ ਵਰਕਸ਼ਾਪ 'ਚੋਂ ਸਹੀ ਹੋ ਕੇ ਚਲੇ ਜਾਓ ਕਿੰਨਿਆਂ ਨੂੰ ਦੱਸਦਾ, ਉੱਚੀ ਬੋਲੋ, ਉਹ ਸਾਰਿਆਂ ਨੂੰ ਦੱਸਦਾ ਹਾਫ਼ ਸਾਹਿਬ, ਉਹ ਸਾਰਿਆਂ ਨੂੰ ਦੱਸਦਾ ਹੈ ਕਿ ਭਾਈ ਮੈਂ ਫਲਾਣੀ ਜਗ੍ਹਾ 'ਤੇ ਗਿਆ, ਕਾਰੀਗਰ ਬੜਾ ਚੰਗਾ ਸੀ, ਉਹਨੇ ਸਮਝਾਇਆ। ਅੱਲਾਹੁ ਅਕਬਰ ਜ਼ਰਾ ਲਫ਼ਜ਼ ਸੁਣਨ ਵਾਲਾ ਹੀ। ਹੁਣ ਬੈਠੇ ਨਬੀ ਪਾਕ ਨੇ, ਉਹ ਬੰਦੇ ਨੇ ਡਾਇਰੈਕਟ ਮਸਲਾ ਪੁੱਛ ਲਿਆ, ਸੁਣੋ ਮੇਰੇ ਮੁੰਡੇ ਉਹ ਚੰਨੋ, ਆ ਜਿੰਨੇ ਚੰਨ ਬੈਠੇ ਨੇ ਇਹ ਵੀ ਮਸਲਾ ਪੁੱਛ ਲੈਂਦੇ, ਮੌਲਵੀ ਜੀ ਹੁਣ ਸਾਡਾ ਆਪਾ ਵਿਆਹ ਨਾ ਕਰੇ ਤਾਂ ਹੁਣ ਅਸੀਂ ਕੀ ਕਰੀਏ,
ਸੁਣ ਲਓ ਮਸਲਾ ਧਿਆਨ ਨਾਲ ਤੁਸੀਂ। ਨਬੀ ਪਾਕ ਨੇ ਕਿਹਾ ਰੋਜ਼ੇ ਰੱਖਿਆ ਕਰੋ। ਅਰੇ ਮੁੰਡੇ ਕਹਿੰਦੇ ਨੇ ਮੌਲੀ ਸਾਡਾ ਵਿਆਹ ਨਹੀਂ ਹੋ ਰਿਹਾ ਤਾਂ ਅਸੀਂ ਹੁਣ ਜਵਾਨੀ ਕਿਵੇਂ ਬਰਦਾਸ਼ਤ ਕਰੀਏ, ਸਰਕਾਰ ਨੇ ਇਹਦਾ ਹੱਲ ਦੱਸਿਆ, ਪਰ ਮੈਂ ਰੋਜ਼ੇ ਰੱਖਿਆ ਕਰੋ। ਰੋਜ਼ਾ ਇਨਸਾਨ 'ਚ ਕੁਵਤ ਬਰਦਾਸ਼ਤ ਪੈਦਾ ਕਰਦਾ ਹੈ, ਰੋਜ਼ਾ ਇਨਸਾਨ ਨੂੰ ਨਾ ਜੀ ਜਿਸਮਾਨੀ ਤੌਰ 'ਤੇ ਕਮਜ਼ੋਰ ਕਰਦਾ ਹੈ, ਜਿੰਨੀ ਉਹਦੇ 'ਚ ਫਿਟਨੈਸ ਹੋਵੇ ਉਹਨੂੰ ਥੋੜ੍ਹਾ ਜਿਹਾ ਲੈਵਲ 'ਚ ਲਿਆਉਂਦਾ ਹੈ। ਆਜ ਕਿਤਨੇ ਦੋਸਤ ਹੈ ਬਾਪ ਬੈਠੇ, ਮੈਂ ਸਾਰੀਆਂ ਚੀਜ਼ਾਂ ਅੱਜ ਇਸ ਮਸਜਿਦ ਨਾ ਜੀ ਰਿਲੇਟਡ ਕਰਨੀਆਂ ਨੇ ਤਾਂ ਕਿ ਮਸਜਿਦ 'ਚ ਆਉਣ ਦਾ ਲੋਕਾਂ ਨੂੰ ਮਕਸਦ ਸਮਝ ਆਏ ਕਿ ਤੂੰ ਸਿੱਖ ਕੇ ਕੀ ਜਾਣਾ, ਮਸਜਿਦ ਬਣਾਈ ਕਿਉਂ। ਅੱਲਾਹ ਕੀ ਕਸਮ ਹੈ, ਇਹ ਮਸਜਿਦ ਜਿਨ੍ਹਾਂ ਨੇ ਬਣਾਈ ਉਨਕੀ ਨੀਅਤ ਇਹ ਹੈ ਕਿ ਇੱਥੋਂ ਦੇ ਸਾਰੇ ਨਮਾਜ਼ੀ ਪੂਰੇ ਸਿਆਲਕੋਟ 'ਚ ਮਿਸਾਲੀ ਬਣ ਜਾਣ। ਕਹੋ ਇਨਸ਼ਾਅੱਲਾ, ਇਨਸ਼ਾਅੱਲਾ ਓਏ ਬਣੋਗੇ ਨਾ ਇਨਸ਼ਾਅੱਲਾ। ਉਹ ਮੇਰਾ ਚੰਨ ਬਿਲੂ ਸ਼ਰਟ ਤੂੰ ਕਿੱਧਰ ਤੁਰ ਪਿਆ ਵੇ, ਤੈਨੂੰ ਕਿਹੜਾ ਕੰਮ ਯਾਦ ਆ ਗਿਆ ਹੈ, ਇੱਥੇ ਬਹਿ ਮੇਰਾ ਚੰਨ, ਤੇਰੀ ਅਗਾਨੀ ਬੜੀ ਸੋਹਣੀ ਹੈ, ਮੈਨੂੰ ਗਿਫਟ ਕਰ ਦੇ, ਅੱਲਾ ਤੇਰੀ ਉਮਰ 'ਚ ਬਰਕਤ ਫਰਮਾਏ, ਲੱਗਦਾ ਤੂੰ ਅਲੀ ਮਾਜਦ ਕੋ ਲਿਆਉਂਦੀ ਹੈ ਚੇਨ ਬਣਾ ਕੇ, ਲਫਜ ਬੜਾ ਵੱਡਾ ਹੈ ਸੁਣਿਆ ਜੇ ਧਿਆਨ ਨਾਲ। ਅੱਲਾ ਦੇ ਨਬੀ ਫਰਮਾਉਂਦੇ ਨੇ ਜਿਹੜਾ ਮਰਦ ਇੱਥੇ ਚੇਨ ਪਾਏਗਾ, ਕੜੇ ਪਾਏਗਾ, ਉਹ ਕੜੇ ਪਾ ਲਵੇ ਇਹ ਦੁਨੀਆ 'ਚ, ਪਰ ਉਹਨੂੰ ਜੰਨਤ 'ਚ ਕੜਾ ਵੀ ਨਹੀਂ ਮਿਲਣਾ, ਚੇਨ ਵੀ ਨਹੀਂ ਮਿਲਣੀ, ਮੁੰਦਰੀ ਵੀ ਨਹੀਂ ਮਿਲਣੀ। ਹੁਣ ਸੌਦਾ ਤੇਰੇ 'ਤੇ ਇੱਥੋਂ ਲੈ ਚੰਗਾ ਲੈਣਾ ਹੀ ਕਿ ਉੱਥੇ ਇੱਥੇ 22 ਕੈਰਟ ਉੱਥੇ 24 ਕੈਰਟ ਹੈ, ਇੱਥੇ 18 ਕੈਰਟ 20 ਕੈਰਟ ਉੱਥੇ ਪੂਰਾ ਪਾਸੇ ਦਾ ਸੋਨਾ, ਕਾਟ ਵੀ ਨਹੀਂ ਹੋਣੀ ਸੁਨਿਆਰਿਆਂ ਵਾਲੀ, ਕਿਉਂ ਜੀ ਕਾਟ ਵੀ ਨਹੀਂ। ਆ ਮੈਂ ਮਾਜਦ ਉਹਨਾਂ ਕੋਈ ਚੀਜ਼ ਲਵਾਂ, ਮੈਨੂੰ ਕਹਿੰਦਾ ਨਾ ਕਾਟ ਨਹੀਂ ਕੱਟਣੀ, ਇੱਧਰ ਬੈਠ ਜਾ ਪੁੱਤਰ ਗੰਜਿਆ, ਤੈਨੂੰ ਕੀ ਚਮੂਨੇ ਲੜੇ ਨੇ ਹੱਥ। ਮੇਰਾ ਚੰਨ ਅੱਲਾ ਉਮਰ 'ਚ ਬਰਕਤ ਫਰਮਾਏ, ਅਰਜ਼ ਕਰਨਾ ਚਾਹ ਰਿਹਾ ਮੈਂ ਧਿਆਨ ਕਰਿਆ ਜੇ ਗੱਲ ਸਮਝਾਉਣਾ ਚਾਹੁੰਦਾ ਹੈ, ਮੁਲਕ 'ਚ ਹਕੂਮਤ ਵੀ ਗੰਜਿਆਂ ਦੀ ਹੈ ਅਤੇ ਸਾਡਾ ਚੰਨ ਵੀ ਗੰਜਾ। ਅੱਲਾ ਉਮਰ 'ਚ ਬਰਕਤ ਫਰਮਾਏ, ਜਿੰਨੀਆਂ ਮੇਰੀਆਂ ਭੈਣਾਂ ਆਈਆਂ, ਮੇਰੇ ਭਰਾ ਆਏ ਨੇ, ਮੇਰੇ ਚੰਨ ਮੱਖਣ ਆਏ ਨੇ ਹਯਾਤੀਆਂ ਮਾਣੋ, ਅੱਲਾ ਤੁਹਾਡੀ ਉਮਰ 'ਚ ਬਰਕਤ ਫਰਮਾਏ, ਜਿੰਨੇ ਬੈਠੇ ਜੇ ਲਫ਼ਜ਼ ਸੁਣਨ ਵਾਲਾ ਹੈ।